ਬੀਤੇ ਦਿਨ ਅੰਮ੍ਰਿਤਸਰ ਵਿਖੇ ਮਸੀਹ ਭਾਈਚਾਰੇ ਦੀ ਇੱਕ ਵੱਡੀ ਮੀਟਿੰਗ ਦਾਨੀਅਲ ਮਸੀਹ ਟਰਾਂਸਪੋਰਟ ਠੇਕੇਦਾਰ ਚੇਅਰਮੈਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਕ੍ਰਿਸਚੀਅਨ ਡੈਲੀਗੇਸ਼ਨ ਪੰਜਾਬ ਦੀ ਅਗਵਾਈ ਵਿੱਚ ਹੋਈ, ਜਿਸ ਵਿੱਚ ਵੱਡੀ ਗਿਣਤੀ ਵਿੱਚ ਪਾਸਟਰ ਅਤੇ ਬਿਸ਼ਪ ਸਾਹਿਬਾਨ ਪਹੁੰਚੇ। ਇਸ ਮੌਕੇ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ, ਮੈਡਮ ਮੀਨਾਕਸ਼ੀ ਸਿੰਘ ਅਤੇ ਬਿਸ਼ਪ ਇਮੈਨੁਅਲ ਰਹਿਮਤ ਮਸੀਹ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਮੌਕੇ ਆਏ ਹੋਏ ਮਸੀਹ ਭਾਈਚਾਰੇ ਦੇ ਪਾਸਟਰ ਸਾਹਿਬਾਨਾਂ ਵੱਲੋਂ ਅੰਮ੍ਰਿਤਸਰ ਦੇ 9 ਵਿਧਾਨ ਸਭਾ ਹਲਕਿਆਂ ਵਿੱਚੋਂ ਇੱਕ ਈਸਾਈ ਉਮੀਦਵਾਰ ਨੂੰ ਟਿਕਟ ਦੇਣ ਦੀ ਮੰਗ ਕੀਤੀ ਅਤੇ ਆਏ ਹੋਏ ਪਾਸਟਰ ਸਾਹਿਬਾਨਾਂ ਨੇ ਗੁਰਜੀਤ ਸਿੰਘ ਔਜਲਾ ਦੀ ਜਿੱਤ ਲਈ ਵਿਸ਼ੇਸ਼ ਪ੍ਰਾਰਥਨਾ ਵੀ ਕੀਤੀ। ਇਸ ਮੌਕੇ ਪਾਸਟਰ ਸੈਂਬਲ ਸੋਨੀ, ਪਾਸਟਰ ਪੂਰਨ ਸਫਰੀ, ਪ੍ਰਧਾਨ ਸੁਭਾਸ ਤੋਬਾ, ਸੰਤ ਐਸ ਐਸ ਸੰਧੂ, ਪ੍ਰਧਾਨ ਈਸਾ ਦਾਸ ਟੋਨੀ, ਬਿਸ਼ਪ ਰਮਨ, ਬਿਸ਼ਪ ਪੰਕਜ ਜੋਨ, ਮੇਜਰ ਮੱਖਣ ਮਸੀਹ, ਫਾਦਰ ਸਤਪਾਲ, ਬਿਸ਼ਪ ਲਾਲ ਮਸੀਹ, ਪਾਸਟਰ ਅਸ਼ੋਕ ਰਵੀ, ਪਾਸਟਰ ਰਾਮਜੀਤ ਸਿੰਘ, ਪਾਸਟਰ ਨਿਊਟਨ ਮਿੰਟੂ, ਪਾਸਟਰ ਨਿਰਮਲ ਬੁੱਟਰ, ਪਾਸਟਰ ਗੁਰਮੰਤ ਰਾਜਾ, ਪਾਸਟਰ ਬਲਵਿੰਦਰ ਸੋਨੂ, ਪਾਸਟਰ ਆਕਾਸ਼ ਸੰਧੂ, ਪਾਸਟਰ ਰਮਨ ਪੋਲ ਅਤੇ ਕਈ ਹੋਰ ਪਾਸਟਰ ਸਾਹਿਬਾਨ ਵੱਡੀ ਗਿਣਤੀ ਵਿੱਚ ਹਾਜ਼ਰ ਸਨ। ਮੇਰਾ ਨਾਮ ਡੈਨੀਅਲ ਮਸੀਹ, ਪੱਟੀ ਟਰਾਂਸਪੋਰਟ ਠੇਕੇਦਾਰ, ਮੈਂ ਪਿੱਛੋਂ ਬਿਲੋਂਗ ਗੁਰਦਾਸਪੁਰ ਤੋਂ ਕਰਦਾ ਔਰ 24 ਸਾਲ ਤੋਂ ਮੈਂ ਅੰਮ੍ਰਿਤਸਰ ਵਿੱਚ ਰਹਿ ਰਿਹਾ ਹਾਂ। ਅੱਜ ਮਾਣਯੋਗ ਸਾਡੇ ਆਦਰ ਦੇ ਯੋਗ ਪਾਸਟਰ, ਬਿਸ਼ਪ ਔਰ ਭਾਈਚਾਰਾ ਔਰ ਯੂਥ ਦੀ ਬਦੌਲਤ ਇੱਥੇ ਅੱਜ ਇਕੱਠੇ ਹੋਏ ਹਾਂ। ਐਡਾ ਵੱਡਾ ਭਾਰੀ ਇਕੱਠ ਜਿਹੜਾ ਜੀ ਕਾਂਗਰਸ ਪਾਰਟੀ ਨੂੰ ਜਿਤਾਉਣ ਵਿੱਚ ਦੇ ਹੱਕ ਵਿੱਚ, ਜਿਤਾਉਣ ਦੇ ਹੱਕ ਵਿੱਚ ਕੀਤਾ ਗਿਆ ਔਰ ਸਲਾਹ ਮਸ਼ਵਰਾ ਕੀਤਾ ਗਿਆ ਵੀ ਸਰਦਾਰ ਗੁਰਜੀਤ ਸਿੰਘ ਔਜਲਾ ਨੂੰ ਭਾਰੀਆਂ ਵੋਟਾਂ ਨਾਲ ਜਿਤਾ ਕੇ ਭੇਜਾਂਗੇ ਪਾਰਲੀਮੈਂਟ 'ਚ। ਔਰ ਕਾਂਗਰਸ ਪਾਰਟੀ ਦਾ ਮੈਂ ਧੰਨਵਾਦ ਕਰਦਾ ਜਿਹੜਾ ਮੈਨੂੰ ਕ੍ਰਿਸਚੀਅਨ ਡੈਲੀਗੇਟ ਦਾ ਪੰਜਾਬ ਦਾ ਚੇਅਰਮੈਨ ਲਾਇਆ ਔਰ ਔਜਲਾ ਸਾਹਿਬ ਦੇ ਨਾਲ ਕੰਪੇਨ ਕਰਨ ਦਾ ਹੈੱਡ ਆਪਣਾ ਹਾਈਕਮਾਂਡ ਕਾਂਗਰਸ ਨੇ ਜੋ ਕਿ ਮੈਨੂੰ ਜ਼ਿੰਮੇਵਾਰੀ ਸੌਂਪੀ ਆ, ਇਹ ਮੈਂ ਪੂਰੀ ਇਮਾਨਦਾਰੀ ਨਾਲ ਨਿਭਾਵਾਂਗਾ ਔਰ ਧੰਨਵਾਦ ਕਰਦਾ ਫਿਰ ਦੁਬਾਰ ਤੋਂ ਆਦਰ ਦੇ ਯੋਗ ਸਾਡੇ ਪਾਸਟਰ, ਬਿਸ਼ਪ ਔਰ ਆਈ ਹੋਈ ਸੰਗਤ ਦਾ, ਜਿਨ੍ਹਾਂ ਦੀ ਬਦੌਲਤ ਅੱਜ ਭਾਰਾ ਇਕੱਠ ਹੋਇਆ ਅਤੇ ਵਿਸ਼ਵਾਸ ਦਵਾਇਆ ਕਿ ਭਾਰੀ ਵੋਟਾਂ ਨਾਲ ਸਰਦਾਰ ਗੁਰਜੀਤ ਸਿੰਘ ਔਜਲਾ ਜੀ ਨੂੰ ਜਿਤਾ ਕੇ ਦਿੱਲੀ ਭੇਜਿਆ ਜਾਏਗਾ। ਮੈਂ ਪੂਰਨ ਸਫਰੀ, ਚੇਅਰਮੈਨ ਆਲ ਇੰਡੀਆ ਕ੍ਰਿਸਚਨ ਸਮਾਜ ਭਲਾਈ ਦਲ। ਮੈਂ ਦੱਸਣਾ ਚਾਹੁੰਦਾ ਕਿ ਡੈਨੀਅਲ ਪੱਟੀ ਟਰਾਂਸਪੋਰਟਰ ਦੀ ਅਗਵਾਈ ਦੇ ਵਿੱਚ ਅੱਜ ਅੰਮ੍ਰਿਤਸਰ ਵਿਖੇ ਰਵਿੰਦਰਾ ਪੈਲਸ ਦੇ ਵਿੱਚ ਮਸੀਹ ਭਾਈਚਾਰੇ ਦਾ ਜਿਹੜਾ ਪਾਸਟਰ ਨਰੋਲ ਪਾਸਟਰ ਆ ਵੱਡਾ ਇਕੱਠ ਕੀਤਾ ਗਿਆ ਅਤੇ ਸਭ ਨੇ ਫੈਸਲਾ ਕੀਤਾ ਕਿ ਅੰਮ੍ਰਿਤਸਰ ਤੋਂ ਜਿਹੜੇ ਗੁਰਜੀਤ ਔਜਲਾ ਜੀ ਆ ਇਹਨਾਂ ਨੂੰ ਤੀਜੀ ਵਾਰੀ ਫਿਰ ਭਾਰੀ ਬਹੁਮਤ ਦੇ ਨਾਲ ਜਿਤਾਵਾਂਗੇ। ਅਤੇ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਡੈਨੀਅਲ ਪੱਟੀ ਜੀ ਜਿੱਥੇ ਮਸੀਹ ਭਾਈਚਾਰੇ ਦੇ ਪਾਸਟਰ ਸਾਹਿਬਾਨ ਲੋਕਾਂ ਦੇ ਨਾਲ ਦੁੱਖ ਸੁੱਖ ਦੇ ਵਿੱਚ ਭਾਗੀ ਹੁੰਦੇ ਆ, ਵਿਚਰਦੇ ਆ, ਅਤੇ ਸਾਰਿਆਂ ਨੇ ਰਲ ਕੇ ਜਿਹੜਾ ਵਿਸ਼ਵਾਸ ਦਵਾਇਆ ਕਿ ਅੰਮ੍ਰਿਤਸਰ ਤੋਂ ਸੀਟ ਅਸੀਂ ਜਿਤਾ ਕੇ ਰਾਹੁਲ ਗਾਂਧੀ ਦੀ ਝੋਲੀ ਪਾਵਾਂਗੇ ਤਾਂ ਕਿ ਸਰਕਾਰ ਨੂੰ ਬਦਲ ਕੇ ਜਿਹੜੇ ਵੱਡੇ ਪੱਧਰ 'ਤੇ ਮਸੀਹ ਭਾਈਚਾਰੇ ਦਾ ਅੱਤਿਆਚਾਰ ਹੋਇਆ ਵਾ ਮਣੀਪੁਰ 'ਚ, ਛੱਤੀਸਗੜ੍ਹ 'ਚ, ਯੂਪੀ 'ਚ, ਬਿਹਾਰ 'ਚ, ਗੁਜਰਾਤ 'ਚ, ਸੋ ਉਹ ਜਿਹੜਾ ਅੱਤਿਆਚਾਰ ਆ ਉਹਨੂੰ ਰਾਹਤ ਦੇਣ ਲਈ, ਉਹਨੂੰ ਮਲਮ ਉੱਤੇ ਮਲਮ ਪੱਟੀ ਦਾ ਕੰਮ ਕਰਨ ਲਈ ਸਰਕਾਰ ਬਦਲਣ ਦਾ ਕੰਮ ਕਰਾਂਗੇ ਤਾਂ ਕਿ ਸਰਕਾਰ ਬਦਲੀ ਜਾਏ ਅਤੇ ਲੋਕ ਜਿਹੜੇ ਆ ਬੜੀ ਖੁਸ਼ੀ ਦੇ ਨਾਲ ਬੇਧੜਕ ਹੋ ਕੇ, ਬੇਡਰ ਹੋ ਕੇ ਪ੍ਰਭੂ ਯਿਸੂ ਮਸੀਹ ਦੀ ਪੂਰੀ ਭਾਰਤ ਦੇ ਵਿੱਚ ਜਿਹੜੀ ਆਰਾਧਨਾ ਕਰ ਸਕਣ, ਪ੍ਰਚਾਰ ਕਰ ਸਕਣ, ਪ੍ਰਸਾਰ ਕਰ ਸਕਣ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ, ਬੁਰਾਈ ਤੋਂ ਜਿਹੜਾ ਵਾ ਲਾਂਭੇ ਕਰਕੇ ਉਹਨਾਂ ਨੂੰ ਪ੍ਰਭੂ ਯਿਸੂ ਮਸੀਹ ਦੇ ਨਾਲ ਜੋੜ ਸਕਣ। मैं मीनाक्षी सिंह हूँ और मैं ऑल इंडिया कांग्रेस कमेटी से माइनॉरिटी डिपार्टमेंट की नेशनल कोऑर्डिनेटर हूँ और इंचार्ज हूँ पंजाब।
मैं यही कहना चाहती हूँ, बहुत अच्छा रहा आज की मीटिंग, बहुत अच्छी थी और हमारे मसीह समाज के लोगों ने ज़्यादा से ज़्यादा अपनी आस्था दिखाई, निष्ठा दिखाई कांग्रेस पार्टी के प्रति, ये बहुत अच्छी बात रही आज। और मैं आपको ये भी बता दूँ कि इस समय जो हालात बने हुए हैं उन हालातों को देखते हुए एक कांग्रेस ही है जो हमें बचा सकती है और हमें समानता से जीने का अधिकार भी देती है कांग्रेस पार्टी, और धर्म की कोई राजनीति उनके अंदर नहीं करती है। तो ये बहुत अच्छा आज का प्रोग्राम था, बहुत अच्छा रहा, मैं इसके लिए बहुत थैंक्स कहती हूँ पंजाब के लोगों के लिए, अमृतसर के लोगों। अच्छा रिस्पांस मिला मसीह भाईचारे की तरफ से और बहुत पॉजिटिव रिस्पांस मिला। हाँ, शिकायतें थी, उनके अपने गिले शिकवे थे अपने कैंडिडेट को लेके, तो वो तो जब एक हम एक परिवार है तो गिले शिकवे भी हम करेंगे और सपोर्ट भी एक दूसरे को करेंगे। तो उन सबको कुल मिला के सारी चीज़ें अच्छी रही और अच्छा पॉजिटिव रिस्पॉन्स।